कपिल शर्मा शो 'ਚ ਨਜ਼ਰ ਆਉਣ ਵਾਲੇ ਗੈਸਟ ਹਮੇਸ਼ਾ ਸਪੈਸ਼ਲ ਹੁੰਦੇ ਨੇ ਅਕਸਰ ਬਾਲੀਵੁੱਡ ਸਿਤਾਰੇ ਆਪਣੀ ਫਿਲਮਾਂ ਨੂੰ ਕਪਿਲ ਦੇ ਸ਼ੋਅ ਤੇ ਪ੍ਰਮੋਟ ਕਰਦੇ ਦਿਖਾਈ ਦਿੰਦੇ ਨੇ ਪਰ ਇਸ ਵਾਰ ਜੋ ਸ਼ੋਅ 'ਚ ਗੈਸਟ ਬਣਨ ਆਰੇ ਨੇ ਉਹਨਾਂ ਨੇ ਦੇਸ਼ ਨੂੰ ਪੂਰੀ ਦੁਨੀਆ ਸਾਹਮਣੇ ਪ੍ਰਮੋਟ ਕੀਤਾ ਜੀ ਹਾਂ ਗੱਲ ਕਰ ਰਹੇ ਹਾਂ ਇੰਡੀਅਨ ਮੈਨਸ ਹਾਕੀ ਤੇ ਊਮੈਨਸ ਹਾਕੀ ਟੀਮ ਦੀ 올림픽 2021 ਦੇ ਵਿੱਚ ਇੰਡੀਅਨ ਮੈਨਸ ਹਾਕੀ ਟੀਮ ਨੇ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤਾ ਉੱਥੇ ਹੀ ਮਹਿਲਾ ਹਾਕੀ ਟੀਮ ਚਾਹੇ ਪੋਡੀਅਮ 'ਚ ਫਿਨਿਸ਼ ਨਹੀਂ ਕਰ ਪਈ ਪਰ ਉਹੋਣਾ ਨੇ ਕਰੋੜਾ ਲੋਕਾਂ ਦਾ ਆਪਣੀ ਗੇਮ ਦੇ ਨਾਲ ਦਿਲ ਜ਼ਰੂਰ ਜਿੱਤਿਆ ਜਿਸ ਤੋਂ ਬਾਅਦ ਇਹਨਾਂ ਖਿਡਾਰੀਆਂ ਦਾ ਪੂਰੇ ਦੇਸ਼ 'ਚ ਇੱਕ ਇਕਬਾਲ ਹੋ ਰਿਹਾ ਹੈ ਤੇ ਕਪਿਲ ਨੇ ਵੀ ਆਪਣੇ ਸ਼ੋਅ ਦੇ ਵਿੱਚ ਇਨਾ ਖਿਡਾਰੀਆਂ ਨੂੰ ਇਨਵਾਈਟ ਕੀਤਾ ਸੋ हॉकी ਟੀਮ ਦੇ ਸਪੈਸ਼ਲ ਸ਼ੋਅ ਦੇ ਆਨਯਰ ਹੋਣ ਦਾ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ এবੀਪੀ ਸੌਂਜਾ ਜੋਸ਼ ਜਜ਼ਬਾ ਜੁਨੂ